ਸਤਿ ਸ਼੍ਰੀ ਅਕਾਲ ਬਾਈ ਜੀ, ਅਸੀਂ ਪਹੁੰਚੇ ਜੀ ਅੱਜ ਪਿੰਡ ਖੜਿਆਲ। ਇੱਥੇ ਬਾਈ ਉਹਨਾਂ ਨੇ ਬਲੈਕ ਦਵਾਈ ਵਰਤੀ ਹੈਗੀ, ਅਤੇ ਬਾਈ ਉਹਨਾਂ ਤੋਂ ਜਾਣਦੇ ਹੈ ਕਿ ਉਹਨਾਂ ਨੂੰ ਦਵਾਈ ਵਰਤ ਕੇ ਕਿਵੇਂ ਦਾ ਰਿਜ਼ਲਟ ਮਿਲਿਆ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਵੀਰੇ। ਬਾਈ ਜੀ ਤੁਹਾਡਾ ਨਾਮ ਜੀ? ਮੇਰਾ ਨਾਮ ਗੁਰਸੇਵਕ ਸਿੰਘ ਆ। ਪਿੰਡ ਬਾਈ ਜੀ? ਪਿੰਡ ਖੜਿਆਲ। ਫੋਨ ਨੰਬਰ ਬੋਲ ਦਿਓ, ਫੋਨ ਨੰਬਰ ਬੋਲ ਦਿਓ ਵੀਰੇ ਤੁਹਾਡਾ। ਫੋਨ ਨੰਬਰ ਹੈਗਾ ਵੀਰੇ ਮੇਰਾ 95016 54 93। ਠੀਕ ਹੈ ਬਾਈ ਜੀ। ਬਾਈ ਜੀ ਤੁਹਾਨੂੰ ਬਲੈਕ ਦਾ ਰਿਜ਼ਲਟ ਕਿਵੇਂ ਦਾ ਮਿਲਿਆ ਜੀ? ਬਲੈਕ ਦਾ ਰਿਜ਼ਲਟ ਬਹੁਤ ਵਧੀਆ ਮਿਲਿਆ ਵੀਰੇ। ਪਹਿਲਾਂ ਮੈਂ ਕੋਰਾਜਨ ਕਰੀ ਸੀ, ਕੋਰਾਜਨ ਨੇ ਮੇਰੇ ਸੁੰਡੀ ਕੁਛ ਹਰਕਤ ਮਾਰਤੀ ਸੀ, ਰੋਕ ਕੇ ਦੁਬਾਰਾ ਜ਼ਿਆਦਾ ਹੋ ਗਈ ਸੀ। ਮਤਲਬ ਪ੍ਰੋਪਰ ਰਿਜ਼ਲਟ ਨਹੀਂ ਸੁਣਿਆ? ਮਿਲਿਆ ਨਹੀਂ ਹੈਗਾ। ਮੇਰੇ ਸਮਾਂ ਦੀ ਦੌਗੀਆਂ ਪੈ ਗਈਆਂ ਸੀ ਖੇਤ ਦੇ ਵਿੱਚ, ਮੈਨੂੰ ਬਹੁਤ ਜ਼ਿਆਦਾ ਐਂ ਹੋ ਗਿਆ। ਮਹਿੰਗੀ ਵਧੀਆ ਜੀਰੀ ਪਾਲੀ ਹੋਈ ਸੀ ਸੌਂਕ ਨਾਲ। ਠੀਕ ਹੈ ਜੀ ਗੱਲ। ਉਹ ਐਂ ਲੱਗਿਆ ਵੀ ਸਾਲਾ ਖਤਮ ਹੋ ਗਿਆ ਕੰਮ। ਠੀਕ ਹੈ ਜੀ। ਫਿਰ ਤੁਹਾਡੇ ਨਾਲ ਲਿੰਕ ਜੁੜੇ ਵੀ ਐਂ ਕਰਕੇ ਸਾਡੀ ਦਵਾਈ ਵਰਤੋ। ਠੀਕ ਹੈ ਜੀ ਗੱਲ ਭਾਈ ਜੀ। ਆਹ ਮੈਂ ਕਰੀ, ਪਹਿਲਾਂ ਤਾਂ ਮੈਂ ਟਰਾਇਲ ਲਾਇਆ ਸੀ 2 ਕਿੱਲਿਆਂ ਤੇ। ਠੀਕ ਹੈ ਜੀ। ਮੈਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਤਾਂ। ਠੀਕ ਹੈ ਜੀ। ਜਿੰਨਾ ਰਿਜ਼ਲਟ ਮਿਲਣਾ ਸੀ ਉਨਾ ਮਿਲਿਆ ਇਹਦਾ। ਠੀਕ ਹੈ ਜੀ ਗੱਲ। ਨਾਲੇ ਬਾਰਿਸ਼ ਹੋ ਗਈ ਸੀ ਜਿੱਦੇ ਅਸੀਂ ਸਪਰੇਅ ਕਰੀ ਸੀ ਇਹ। ਹਾਂਜੀ। 2 ਘੰਟਿਆਂ ਬਾਅਦ ਜਦੋਂ ਬਾਰਿਸ਼ ਹਟ ਗਈ ਸੀ, ਮੈਂ ਆ ਕੇ ਦੇਖਿਆ ਸੁੰਡੀ ਖੇਤ ਦੇ ਵਿੱਚ ਮਰੀ ਪਈ ਸੀ। ਠੀਕ ਹੈ ਵੀਰੇ, ਠੀਕ ਹੈ ਜੀ। ਬਾਈ ਦਵਾਈ ਤੋਂ ਸੰਤੁਸ਼ਟ ਹੋ ਤੁਸੀਂ? ਹਾਂ ਪੂਰਾ ਸੰਤੁਸ਼ਟ। ਗਾਹਾਂ ਨੂੰ ਮੰਨ ਕੇ ਚੱਲੋ ਵੀ ਐਂ ਨਹੀਂ ਹੈਗਾ ਵੀ ਆਪਾਂ ਸਸਤੀਆਂ ਗਣੀ ਜਾਣਾ, ਵੀ ਮਹਿੰਗੀ ਕੇਰਾਂ ਕਰੋ, ਆਪਾਂ ਨੂੰ ਰਿਜ਼ਲਟ ਮਿਲਦਾ ਖੇਤ ਦੇ ਵਿੱਚ, ਦੁਬਾਰਾ ਜਾਣ ਦੀ ਲੋੜ ਨਹੀਂ ਪੈਂਦੀ। ਠੀਕ ਹੈ ਜੀ ਗੱਲ। ਠੀਕ ਹੈ ਬਾਈ ਜੀ, ਧੰਨਵਾਦ ਜੀ। ਠੀਕ ਹੈ।